अगर आपने हमारे यूट्यूब चैनल को अभी तक सब्सक्राइब नहीं किया है तो आपको सब्सक्राइब बटन दिख रहा है, इस पर आप क्लिक कीजिए और सब्सक्राइब कर दीजिए। और साथ ही साथ इसके सामने एक नोटिफिकेशन बेल आ रहा है, इसे भी आप इनेबल कर दीजिए ताकि आपको तुरंत नोटिफिकेशन मिले जब भी हम कोई नई वीडियो अपलोड करें। तो चलिए हम पंजाब में नशा खत्म करने के लिए कैप्टन अमरिंदर सिंह ने नार्कोटिक सेल बनाया है, जिसमें कि पंजाब को 5 जोनों में बांटा गया है, जिसके तहत आज लुधियाना में कांग्रेस पार्टी के लोगों को पंजाब में नशा खत्म करने के लिए मालवा जोन की अहदेदारियां दी गईं, जिसमें कि यह लोग अपने क्षेत्रों में पुलिस और आम लोगों के साथ मिलकर नशे को खत्म करेंगे और तस्करों को सलाखों के पीछे पहुंचाएंगे, जिसके तहत लुधियाना में विधायक सुरेंद्र डावर के साथ लुधियाना के सर्किट हाउस में अहदेदारियां दी गईं, जबकि बाकी के 4 जोनों में अन्य विधायक अहदेदारियां देंगे। सुरेंद्र डावर ने कहा कि नशा खत्म करने के लिए आम लोगों के सहयोग की बहुत जरूरत है। मेरा नाम अपना डॉक्टर सुनील शर्मा है, चेयरमैन डिस्ट्रिक्ट लुधियाना एंटी नारकोटिक सेल पंजाब प्रदेश कांग्रेस कमेटी। अज की जी असी फंक्शन ऑर्गेनाइज किया इनू लैके अपना अवेयरनेस अबाउट ड्रग्स के करके अज अं इतने सर्किट हाउस ऑर्गेनाइज किया। साढ़े इतने जेडे अपने सुरेंद्र डाबर जी MLA आए थे, इनवाइटेड से स्पैशली, तो साढ़े चेयरमैन एंटी नारकोटिक सेल लुधियाने पंजाब के श्री रणजीत सिंह निकला जी ने अगवाई चाहिए फंक्शन संपन्न किया गया। ਇੱਥੇ ਅਸੀਂ ਪੂਰਾ ਧਿਆਨ ਦੇਵਾਂਗੇ ਜੀ, ਨਾਰਕੋਟਿਕਸ 'ਚ ਜਿੱਥੇ ਨਸ਼ਾ ਹੁੰਦਾ ਉੱਥੇ ਧਿਆਨ ਦੇਵਾਂਗੇ। ਜਿੱਥੇ ਵੀ ਕੋਈ ਗਲਤ ਕੰਮ ਹੋ ਰਿਹਾ, ਨਸ਼ਾ ਵੇਚ ਰਿਹਾ ਜਾਂ ਕੁਝ ਵੇਚ ਰਿਹਾ, ਜਿਹਦੇ ਬਾਰੇ ਵੀ ਸਾਨੂੰ ਪਤਾ ਚੱਲਗਾ ਹੁੰਦੀ, ਅਸੀਂ ਇਹਦੇ ਹੈਲਪਲਾਈਨ ਨੰਬਰ ਦਿੱਤਾ, ਉੱਥੇ ਇਨਫੋਰਮ ਕਰਾਂਗੇ ਅਤੇ ਖੁਦ ਆਪ ਕਾਰਵਾਈ ਕਰਾਂਗੇ ਨਾਲ। ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਦੀ ਫਤਿਹ। ਮੇਰਾ ਨਾਮ ਸਰਦਾਰ ਸਿਮਰਨਜੀਤ ਸਿੰਘ ਬੈਂਸਰ। ਅੱਜ ਤੋਂ 1 ਸਾਲ ਪਹਿਲਾਂ ਮੈਨੂੰ ਮੋਹਾਲੀ ਤੋਂ ਡਿਸਟ੍ਰਿਕਟ ਤੋਂ ਸੀਨੀਅਰ ਵਾਈਸ ਚੇਅਰਮੈਨ ਲਗਾਇਆ ਗਿਆ ਸੀ। 1 ਸਾਲ ਅਸੀਂ ਪੂਰਾ ਕੰਮ ਕੀਤਾ, ਅਸੀਂ ਟੀਮਾਂ ਬਣਾਈਆਂ, ਅਸੀਂ ਬਹੁਤ ਅਵੇਅਰਨੈਸ ਮੈਸੇਜ ਲਗਾਏ, ਸਕੂਲ ਕਾਲਜ ਦੇ ਵਿੱਚ ਕੈਂਪੇਨ ਚਲਾਏ, ਜਿਹਨੂੰ ਦੇਖਦੇ ਹੋਏ ਸਰਦਾਰ ਸਿਮਰਨਜੀਤ ਸਿੰਘ ਨਿਕੜਾ ਜਿਹੜੇ ਸਾਡੇ ਚੇਅਰਮੈਨ ਨੇ ਪੰਜਾਬ ਐਂਟੀ ਨਾਰਕੋਟਿਕ ਸੈੱਲ ਦੇ, ਉਹਨਾਂ ਨੇ ਸਾਨੂੰ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਮਾਲਵਾ ਜ਼ੋਨ 2 ਦਾ ਇੰਚਾਰਜ ਬਣਾ ਕੇ ਅਸੀਂ ਹੁਣ ਮਾਲਵਾ ਜ਼ੋਨ 2 ਦੇ ਵਿੱਚ ਅਸੀਂ ਲੁਧਿਆਣੇ ਤੋਂ ਸ਼ੁਰੂਆਤ ਕੀਤੀ ਹੈ। ਅਸੀਂ ਟੀਮਾਂ ਬਣਾਈਆਂ ਨੇ, ਸੈਂਟਰਲ ਦੀਆਂ, ਈਸਟ ਦੀਆਂ, ਹੁਣ ਵੈਸਟ ਦੀਆਂ ਟੀਮ ਬਣਨ ਜਾ ਰਹੀ ਹੈ, ਦੈਨ ਉਸ ਤੋਂ ਬਾਅਦ ਮੋਗਾ, ਫਾਜ਼ਿਲਕਾ, ਫਰੀਦਕੋਟ। ਅਸੀਂ ਇਹਨਾਂ ਟੀਮਾਂ ਦੇ ਥਰੂ ਹਰ ਘਰ ਘਰ ਜਾ ਕੇ ਅਸੀਂ ਪੈਂਫਲੇਟ ਡਿਸਟ੍ਰੀਬਿਊਟ ਕਰਾਵਾਂਗੇ, ਸਕੂਲ ਕਾਲਜ ਦੇ ਵਿੱਚ ਕੈਂਪੇਨ ਲਗਾਵਾਂਗੇ। ਉਸ ਤੋਂ ਬਾਅਦ ਜਿਹੜਾ ਕੋਈ ਨਸ਼ਾ ਕਰਦਾ ਹੈ ਅਗਰ ਉਹ ਇਲਾਜ ਕਰਾਉਣਾ ਚਾਹੁੰਦਾ ਹੈ ਅਸੀਂ ਉਹਨੂੰ ਫ੍ਰੀ ਇਲਾਜ ਵੀ। ਮੈਂ ਰਣਜੀਤ ਸਿੰਘ ਨਿਕੜਾ, ਚੇਅਰਮੈਨ ਐਂਟੀ ਨਾਰਕੋਟਿਕ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ। ਅੱਜ ਅਸੀਂ ਇੱਥੇ ਐਂਟੀ ਨਾਰਕੋਟਿਕ ਸੈੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮਾਲਵਾ ਜ਼ੋਨ 2 ਦੀ ਜਥੇਬੰਦੀ ਦਾ ਐਲਾਨ ਕਰਨ ਆਏ ਹਾਂ, ਜਿਸ ਦੇ ਵਿੱਚ ਬੈਂਸ ਸਾਹਿਬ ਸਿਮਰਨਜੀਤ ਸਿੰਘ ਬੈਂਸ ਨੇ ਸਾਡੇ ਇਹਨਾਂ ਨੂੰ ਮਾਲਵਾ 2 ਜ਼ੋਨ ਦਾ ਅਸੀਂ ਇੰਚਾਰਜ ਲਾਇਆ ਹੈ। ਮਾਨਿਕ ਸ਼ਾਹ ਜੀ, ਮਾਨਿਕ ਗੌਤਮ ਜੀ, ਇਹਨਾਂ ਨੂੰ ਕੋ ਇੰਚਾਰਜ। ਇਸੇ ਤਰ੍ਹਾਂ ਸਾਡੇ ਡਾਕਟਰ ਸੁਨੀਲ ਹਨ, ਦੋ ਡਿਸਟ੍ਰਿਕਟ ਲੁਧਿਆਣਾ ਦੇ ਚੇਅਰਮੈਨ ਹਨ। ਇਸੇ ਤਰ੍ਹਾਂ ਅੱਜ ਨਵੇਂ ਜੋ ਹਲਕਿਆਂ ਦੇ ਚੇਅਰਮੈਨ ਲਾਏ ਹਨ, ਨੌਰਥ ਤੋਂ ਅਮਿਤ ਵੈਰੀ ਜੀ, ਈਸਟ ਤੋਂ ਕੀ ਨਾਮ ਹੈ, ਪਰਮਜੀਤ ਸਿੰਘ ਤਲਵਾੜ, ਚੀਫ ਐਡਵਾਈਜ਼ਰ ਸਾਡੇ ਮਾਲਵਾ ਜ਼ੋਨ 2 ਦੇ ਹਰਸਿਮਰਨਜੀਤ ਸਿੰਘ ਪ੍ਰਿੰਸ ਹਨ। ਜੋ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ ਉਹ ਬਿਲਕੁਲ ਸੱਚੀ ਖਾਧੀ ਸੀ ਅਤੇ ਉਸ 'ਤੇ ਉਹ ਪੂਰੇ ਉਤਰ ਰਹੇ ਨੇ। ਤੁਸੀਂ ਦੇਖ ਰਹੇ ਹੋ ਰੋਜ਼ ਇੰਨੀ ਡਰੱਗਸ ਫੜੀ ਜਾ ਰਹੀ ਹੈ, ਜਿਹੜੇ ਡਰੱਗ ਸਮਗਲਰ ਵੱਡੇ ਨੇ ਉਹ ਭੱਜ ਪੁੱਜ ਗਏ, ਕੁਛ ਵਿਦੇਸ਼ ਭੱਜ ਗਏ, ਕੁਛ ਲੁਕੇ ਫਿਰਦੇ ਨੇ। ਛੋਟੇ ਮੋਟੇ ਲੈਵਲ 'ਤੇ ਜੋ ਡਰੱਗਸ ਵਿਕ ਰਹੀ ਹੈ, ਬਾਰਡਰ ਏਰੀਆ ਪੰਜਾਬ, ਆਪਣਾ ਏਰੀਆ ਜੋ ਹੈ ਪੰਜਾਬ ਉਹ ਬਾਰਡਰ ਸਟੇਟ ਹੈ, ਬਾਰਡਰ ਸਟੇਟ ਹੋਣ ਕਰਕੇ ਡਰੱਗਸ ਇੱਕਾ ਦੁੱਕਾ ਜੋ ਸਮਗਲ ਹੋ ਰਹੀ ਹੈ ਉਹੀ ਮਾੜੀ ਮੋਟੀ ਵਿਕ ਰਹੀ ਹੈ। ਤੁਸੀਂ ਦੇਖੋ ਰੋਜ਼ ਫਿਰੋਜ਼ਪੁਰ ਤੋਂ, ਅੰਮ੍ਰਿਤਸਰ ਬਾਰਡਰ ਤੋਂ, ਤਰਨ ਤੋਂ, ਜਿਹੜਾ ਮੇਨ ਗੜ੍ਹ ਮੰਨਿਆ ਜਾਂਦਾ, ਰੋਜ਼ ਡਰੱਗਸ ਫੜੀ ਜਾ ਰਹੀ ਹੈ। ਰੋਜ਼ ਕੋਈ ਭਾਵੇਂ ਅਧਿਕਾਰੀ ਹੈ, ਭਾਵੇਂ ਕੋਈ ਆਮ ਸਮਗਲਰ ਨੇ, ਸਾਰਿਆਂ 'ਤੇ ਕਾਰਵਾਈ ਹੋ ਰਹੀ ਹੈ। ਜਿਹੜੇ ਲੁਕੇ ਛੁਕੇ ਛੋਟੇ ਮੋਟੇ ਸਮਗਲਰ ਹਨ ਜਾਂ ਜਿਨ੍ਹਾਂ ਦੀ ਕੋਈ ਸਪੋਰਟ ਪ੍ਰਸ਼ਾਸਨਿਕ ਅਧਿਕਾਰੀ ਕਰ ਰਹੇ ਹਨ, ਤੁਸੀਂ ਦੇਖ ਰਹੇ ਹੋ ਰੋਜ਼ ਅਖਬਾਰਾਂ ਪੜ੍ਹਦੇ ਹੋ, ਤੁਹਾਡੇ ਮੀਡੀਆ ਦੇ ਰਾਹੀਂ ਸਾਰੀਆਂ ਖਬਰਾਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਰਹੀਆਂ ਨੇ।
कि अधिकारियों भी कैप्टन साहब नहीं बख्श रहे। पंजाब दे विच नशा समगलर की जिहड़ा भी सपोर्ट करेगा उसते तुरंत कार्रवाई होगी, भावें कोई प्रशासनिक अफसर हो भावें कोई राजनीतिक इंसान हो। पढ़े जी कि हजे लास्ट मंथ की वो गल है कि अमृतसर तो भी इदा का एक किस्सा सामने आया सी, पुलिस नूं बंदिया ने साडे नारकोटिक सैल के बंदिया ने फड़ाया पर जदों बाद फड़ के लै गए थोड़ी देर बाद पैगू लैके छड़ तक कोई इक्का दुक्का मुलाजम होंदे आ, जबकि पंजाब पुलिस का नाम सारे देश साडा बड़े माण नाल लिया जाता है कि सब तो वधिया फोर्स है पंजाब फोर्स, पर हर घर च हर अधिकारी जिहड़ा चंगा नहीं हुंदा, हर माड़ा भी नहीं हुंदा। इक्का दुक्का जो पुलिस मुलाजम माड़ा मोटा कोई माड़ा काम करता है तो उन्हें सज़ा भी मिलती है। इंद्रजीत सिंह इंस्पैक्टर थोड़े सामने जेल च बंद है। न्यूज़ दर्पण 24 के लिए लोधी।